ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਪਿੰਡ ਚਟੌਲੀ ਦੇ ਵਿੱਚ ਪਹੁੰਚੇ ਹਾਂ, ਦੋਨੋਂ ਚਟੌਲੀਆਂ ਨੇ ਜੋ ਛੋਟੀ ਅਤੇ ਵੱਡੀ। ਸੋ ਇੱਥੇ ਗੁੱਗਾ ਮਾੜੀ ਦਾ ਜੋ ਮੇਲਾ ਗੁੱਗਾ ਨੌਮੀ ਦਾ ਅੱਜ ਭਰਿਆ ਜਾ ਰਿਹਾ ਹੈ। ਇਹ 11 ਸਾਲਾਂ ਤੋਂ ਇੱਥੇ ਜੋ ਮੇਲਾ ਭਰਾਇਆ ਜਾ ਰਿਹਾ ਹੈ, ਜੋ ਦੋ ਭਰਾ ਨੇ ਸਰਦਾਰ ਰੁਪਿੰਦਰ ਸਿੰਘ ਅਤੇ ਸਰਦਾਰ ਰਜਿੰਦਰ ਸਿੰਘ, ਸੋ ਉਹਨਾਂ ਦੇ ਪਿਆਰ ਸਦਕਾ ਸਹਿਯੋਗ ਸਦਕਾ ਇਹ ਮੇਲਾ ਭਰਿਆ ਜਾਂਦਾ ਹੈ। ਅਤੇ ਇੱਥੇ ਸੱਭਿਆਚਾਰਕ ਮੇਲਾ ਵੀ ਲੱਗਿਆ ਹੋਇਆ ਹੈ, ਕਲਾਕਾਰ ਵੀ ਲੱਗੇ ਹੋਏ ਆ, ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਅਤੇ ਸ਼ਰਧਾ ਭਾਵਨਾ ਦੇ ਨਾਲ ਇੱਥੇ ਜੋ ਸੰਗਤਾਂ ਮੱਥਾ ਟੇਕਣ ਆਈਆਂ ਉਹ ਵੀ ਦਿਖਾਉਂਦੇ ਹਾਂ, ਲੰਗਰ ਭੰਡਾਰੇ ਵੀ ਚੱਲ ਰਹੇ ਨੇ। ਅਤੇ ਆਓ ਫਿਰ ਦਿਖਾਉਂਦੇ ਤੁਹਾਨੂੰ ਇਹ ਪੂਰੀ ਜਾਣਕਾਰੀ। ਸਾਡੇ ਪੰਜਾਬੀ ਸੱਭਿਆਚਾਰ ਦੀ ਰੀੜ ਦੀ ਹੱਡੀ ਜਿਹੜੇ ਪਿੰਡ ਪਿੰਡ ਚੱਲ ਕੇ ਸੱਭਿਆਚਾਰਕ ਮੇਲੇ ਕਰਵਾਉਂਦੇ ਨੇ ਅਤੇ ਆਪਣੇ ਧਮਾਲ ਚੈਨਲ ਰਾਹੀਂ ਸਾਰੇ ਪ੍ਰੋਗਰਾਮਾਂ ਨੂੰ ਕਵਰ ਕਰਦੇ ਨੇ, ਤੁਹਾਡੇ ਇਲਾਕੇ ਦੀਆਂ ਦੁੱਖ ਤਕਲੀਫਾਂ ਦੁਨੀਆਂ ਦੇ ਕੋਨੇ ਕੋਨੇ 'ਤੇ ਪਹੁੰਚਾਉਂਦੇ ਨੇ, ਜਿਹੜੇ ਕਲਾਕਾਰਾਂ ਬਾਰੇ ਗੀਤਕਾਰਾਂ ਬਾਰੇ ਤੁਹਾਡੇ ਇਲਾਕੇ ਦੀਆਂ ਸਾਰੀਆਂ ਤਕਲੀਫਾਂ ਲੋਕਾਂ ਤੱਕ ਪਹੁੰਚਾ ਰਹੇ ਨੇ। ਮੇਰਾ ਬਹੁਤ ਹੀ ਪਿਆਰਾ ਵੀਰ ਅਮਰਜੀਤ ਧਮਾਨ ਜੀ ਤਸ਼ਰੀਫ ਲੈ ਕੇ ਆਏ ਨੇ, ਬਹੁਤ ਸੋਹਣਾ ਮੁੰਡਾ, ਕਿਉਂਕਿ ਸਾਡੇ ਪੰਜਾਬੀ ਸੱਭਿਆਚਾਰ ਦੀ ਰੀੜ ਦੀ ਹੱਡੀ ਹੈ। ਜਗਦੇਵ ਸਿੰਘ ਦੱਸੋਵਾਲ ਸਾਹਿਬ ਤੋਂ ਬਾਅਦ ਇਹਨਾਂ ਨੇ ਮੇਲੇ ਕਰਵਾਉਣੇ ਸ਼ੁਰੂ ਕੀਤੇ ਨੇ ਪਿੰਡ ਪਿੰਡ। ਇੱਕ ਵਾਰੀ ਖੁੱਲ੍ਹ ਕੇ ਤਾੜੀ ਨਾਲ ਵੀ ਲਾਉਂਦੀ ਵੀ ਅਮਰਜੀਤ ਧਮਾਨ ਸਾਹਿਬ ਨੂੰ। ਸੋ ਪੰਜਾਬ ਦਾ ਇੱਕ ਹੋਰ ਬਹੁਤ ਸੁਰੀਲਾ ਕਲਾਕਾਰ ਵਿਸ਼ਾਲ ਜੀ, ਹਾਂਜੀ ਆਓ ਬਾਈ, ਇੱਕ ਧਾਰਮਿਕ ਗੀਤ, ਉਹ ਤੋਂ ਬਾਅਦ ਹੋਰ ਬਹੁਤ ਕਲਾਕਾਰ ਆਏ। ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਾਰਿਆਂ ਨੂੰ ਗੁੱਗੇ ਜਹਾਰ ਪੀਰ ਜੀ ਦੇ ਨੌਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅਤੇ ਇੱਕ ਮੇਰੇ ਪੀਰਾਂ ਵਾਸਤੇ ਮੈਂ ਕੱਲ੍ਹ ਹੀ ਇੱਕ ਭਜਨ ਲਿਖਿਆ, ਸੋ ਮੈਂ ਉਹ ਫਰਮਾਉਂਦਾ ਕਿਸ ਮਹਿਫਲ 'ਚ। ਸਾਰਿਆਂ ਨੂੰ ਪਤਾ ਇਹ ਪੀਰ ਕਿੱਦਾਂ ਦਾ ਹੈ, ਗੁੱਗਾ ਜਹਾਰ ਪੀਰ ਇੱਕ ਐਸਾ ਪੀਰ ਹੈ, ਇਹ ਸਭ ਦੁੱਖ ਸੰਕਟ ਸਭ ਵਾਰਦਾ। ਸੋ ਮੇਰੇ ਪੀਰਾਂ ਵਾਸਤੇ ਮੈਂ ਕੁਛ ਵੀ ਨਹੀਂ ਕਹਿ ਸਕਦਾ, ਇਹਨਾਂ ਤਾਂ ਇਹੀ ਜਾਣਦੇ ਆ। ਸੋ ਜਿਹੜੇ ਇਹਨਾਂ ਨੂੰ ਮੰਨਦੇ ਆ ਤਨ ਮਨ ਨਾਲ, ਇੱਕ ਵਾਰ ਸੋਹਣਾ ਤਾੜੀ ਲਾ ਦੋ ਗੁੱਗੇ ਜਹਾਰ ਪੀਰ ਜੀ ਵਾਸਤੇ। ਸਾਹਿਬ ਜੀ
ਤੇਰੀ ਚੌਂਕੀ ਪਾਵੇ ਭਾਬੀਆਂ ਨੇ ਟੋਲੀ ਪਿੰਡ ਵਿੱਚ ਆ ਕੇ ਦਰਸ਼ਨ ਤੁਸੀਂ ਫੇਰ ਦੋ ਬੱਚਿਆਂ ਅਤੇ ਵੱਡਿਆਂ ਦਾ ਹੋਸਪਿਟਲ ਇਹ ਸਪਰਸ਼ ਹੋਸਪਿਟਲ
ਹਰ ਇੱਕ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਮੈਕਸ ਅਤੇ ਅਪੋਲੋ ਹੋਸਪਿਟਲ ਦੇ ਡਾਕਟਰਾਂ ਵੱਲੋਂ ਇਹ ਹੋਸਪਿਟਲ ਖੋਲ੍ਹਿਆ ਗਿਆ ਹੈ। ਸੋ ਇਲਾਜ ਕਰਵਾਉਣ ਦੇ ਲਈ, ਹਰ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਪਟਿਆਲਾ ਗੁਰਦੁਆਰਾ ਸਾਹਿਬ ਕਰਤਾਰ ਸਾਹਿਬ ਦੇ ਨਾਲ ਸਪਰਸ਼ ਹੋਸਪਿਟਲ ਦੇ ਵਿੱਚ ਆਓ। ਤੁਹਾਡੇ ਬਿਲਕੁਲ ਨੇੜੇ ਪਟਿਆਲਾ ਗੁਰਦੁਆਰਾ ਸਾਹਿਬ ਕਰਤਾਰ ਸਾਹਿਬ ਦੇ ਨਾਲ ਸਪਰਸ਼ ਹੋਸਪਿਟਲ ਰਾਹੁਲ ਬੰਸਲ ਲੀਜ਼ਾ ਗਰਗ ਡਾਕਟਰ ਉਹਨਾਂ ਵੱਲੋਂ ਖੋਲ੍ਹਿਆ ਗਿਆ। ਇਸ ਸਪਰਸ਼ ਹੋਸਪਿਟਲ ਵਿੱਚ ਆਓ, ਇਸ ਮੌਕੇ ਦਾ ਬਹੁਤ ਬਹੁਤ ਲਾਭ ਉਠਾਓ। ਇਹ ਧੰਮਾਨ ਚੱਲਣ ਤੋਂ ਸਾਡੇ ਵੀਰ ਅਮਰਜੀਤ ਧੰਮਾਨ ਜੀ ਦਾ ਧੰਨਵਾਦ ਕਰਦੇ ਹਾਂ। ਬਾਈ ਸਾਡੇ ਪੰਮਾ ਸਿੱਧੂ ਪੁਰੀਆ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਆਓ ਜੀ ਸਾਡੇ ਪੰਮਾ ਵੀਰ ਸਿੱਧੂ ਪੁਰੀਆ ਵੱਡੇ ਭਰਾ ਸਾਡੇ, ਬਈ ਬਹੁਤ ਮਿਹਰਬਾਨੀ। ਤਾਰਾ ਜਿਹੜਾ ਵੀਰ ਆ ਪੱਕਾ ਵੀਰ ਹੈ, ਪੱਕਾ ਵੀਰ ਸਾਡਾ। Thank you.
ਜੀ ਸਰਦਾਰ ਰਜਿੰਦਰ ਸਿੰਘ ਜੀ, ਜੋ ਇਹ ਗੁੱਗਾ ਮਾੜੀ ਦਾ ਮੇਲਾ ਪਿੰਡ ਚਟੌਲੀ, ਦੋਨੋਂ ਚਟੌਲੀਆਂ ਦਾ ਇਕੱਠੇ ਹੋ ਕੇ ਸੰਗਤਾਂ ਦੇ ਸਹਿਯੋਗ ਨਾਲ, ਸੋ ਤੁਹਾਡਾ ਇਸ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੁੰਦਾ, ਲੰਗਰ ਭੰਡਾਰੇ ਵੀ ਲਗਾਏ ਜਾਂਦੇ ਨੇ, ਕੀ ਕਹਿਣਾ? ਧਮਾਨ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇਸ ਮੇਲੇ ਨੂੰ ਆਪਾਂ 10-11 ਸਾਲ ਤੋਂ ਲਗਾਤਾਰ ਕਰਾਉਂਦੇ ਆਉਂਦੇ ਹਾਂ ਜੀ। ਪਿੰਡ ਦੇ ਸਹਿਯੋਗ ਨਾਲ ਜੀ, ਇਲਾਕੇ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੋਂ ਇਹ ਮੇਲਾ, ਬੜੇ ਲੰਗਰ ਚੱਲਦੇ ਹਾਂ ਜੀ, ਅਤੇ ਗੁੱਗਾ ਜਹਰਪੀਰ ਮਾੜੀ 'ਤੇ ਆਪਣਾ ਲੰਗਰ ਕਰਵਾਇਆ ਜਾ ਰਿਹਾ ਜੀ ਸਹਿਯੋਗ ਦੇ ਨਾਲ ਜੀ। ਸੋ ਭੰਡਾਰੇ ਦੇ ਵਿੱਚ ਕੀ ਪਦਾਰਥ ਬਣਾਏ ਜਾਂਦੇ ਨੇ? ਅਤੇ ਜਲੇਬੀਆਂ ਜੀ, ਆਲੂ ਛੋਲੇ ਜੀ, ਮਹਾਂ ਦੀ ਦਾਲ, ਕੜੀ ਚੌਲ, ਅਤੇ ਗੋਲ ਗੱਪਿਆਂ ਦੇ ਲੰਗਰ ਵੀ ਚੱਲਦੇ ਨੇ ਜੀ, ਬ੍ਰੈਡ ਪਕੌੜੇ ਵੀ ਚੱਲਦੇ ਨੇ ਜੀ, ਅਤੇ ਦਿਨ ਰਾਤ ਲੰਗਰ ਚੱਲਦਾ ਜੀ। ਜੀ, 11 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ। ਹਾਂਜੀ, 11 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ ਜੀ। ਸੋ ਇੱਥੇ ਜਿਹੜੀ ਸੇਵਾ ਉਹ ਤੁਸੀਂ ਕਰਦੇ ਹੋ? ਹਾਂਜੀ, ਸੇਵਾ ਆਪਾਂ ਹੀ ਕਰਦੇ ਹਾਂ ਜੀ। ਸਹਿਯੋਗ ਪਿੰਡ ਦਾ ਕਿੰਨਾ ਕੁ? ਸਹਿਯੋਗ ਲਗਭਗ 50% ਹੋ ਜਾਂਦਾ ਜੀ। ਹਾਂਜੀ, ਜੈ ਬਾਬੇ, ਜੈ ਬਾਬੇ। ਹਾਂਜੀ ਰੁਪਿੰਦਰ ਜੀ, ਚਟੌਲੀ ਦੇ ਵਿੱਚ ਜੋ ਤੁਸੀਂ ਬਹੁਤ ਵੱਡੀ ਇਹ ਸੇਵਾ ਵੀ ਹੈ, ਜੋ ਇਹ ਗੁੱਗਾ ਜਹਰਪੀਰ ਦੀ ਸੇਵਾ ਵੀ ਕਰਦੇ ਹੋ ਤੁਸੀਂ, ਅਤੇ ਇੱਥੇ ਪ੍ਰੋਗਰਾਮ ਵੀ ਲਗਾਇਆ ਜਾਂਦਾ, ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਂਦਾ, ਭੰਡਾਰੇ ਵੀ ਚੱਲ ਰਹੇ 11 ਸਾਲ ਤੋਂ? ਹਾਂਜੀ, 11 ਸਾਲ ਹੋ ਗਏ ਜੀ ਭੰਡਾਰਾ ਕਰਦਿਆਂ ਨੂੰ। ਹਾਂਜੀ, ਕੋਈ ਅਸੀਂ ਆਪਣਾ ਨਾਮ ਨਹੀਂ ਕਰਦੇ, ਕੋਈ ਪੋਸਟਰ ਨਹੀਂ ਛਪਾਉਂਦੇ ਆਪਣੇ ਨਾਂ 'ਤੇ ਜੀ। ਠੀਕ ਹੈ, ਸਾਰੇ ਸੰਗਤ ਦੇ ਸਹਿਯੋਗ ਨਾਲ, ਪਿੰਡ ਦੇ ਸਹਿਯੋਗ ਨਾਲ ਇਹ ਲੰਗਰ ਲਾਇਆ ਜਾਂਦਾ ਹੈ। ਹੁਣ ਅਸੀਂ ਦਰਬਾਰ ਦੀ ਇਮਾਰਤ ਵੀ ਬਣਾਉਣੀ ਹੈ, ਆਉਣ ਵਾਲੇ ਭੰਡਾਰੇ ਤੱਕ ਬਣਾ ਦੇਣੀ ਹੈ ਜੀ। ਇੱਟ ਸਟਾਈ ਹੋਈ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕੋਈ ਸੰਗਤ ਦਾ ਸਹਿਯੋਗ ਜਾਵੇ, ਤਕਰੀਬਨ 20-25 ਲੱਖ ਰੁਪਇਆ ਮਰ ਦਾ ਖਰਚਾ ਹੈ ਜੀ, ਕਿਹੜੀ ਬਣਾਉਣੀ ਹੈ ਜੋ ਅੱਜ ਕੱਲ੍ਹ ਚੱਲਦੀ ਹੈ, ਹੁਣ ਜਿਸ ਤਰ੍ਹਾਂ ਕੁਰਾਲੀ ਬਣੀ ਹੋਈ ਹੈ ਇਸ ਤਰ੍ਹਾਂ ਦੀ, ਆਉਣ ਵਾਲੇ ਭੰਡਾਰੇ ਨੂੰ ਤੁਹਾਨੂੰ ਬਣਾਈ ਵੀ ਮਿਲੂਗੀ ਜੀ। ਵਾਹ ਜੀ ਵਾਹ। ਸੋ ਜਿਹੜੀ ਸੰਗਤ ਨੇ ਸਹਿਯੋਗ ਕਰਨਾ ਹੋਵੇ, ਉਹ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ? ਤੋ ਆਪਣਾ ਕੋਈ ਨੰਬਰ ਵੀ ਦੱਸ ਦਿਓ। ਅਸੀਂ ਗੂਗਲ ਪੇ ਨੰਬਰ ਵੀ ਦਿੱਤਾ ਵਾ ਜੀ, ਪੋਸਟਰ ਛਪਾਏ ਹੋਏ ਜਿਹੜੇ, ਹੁਣ ਵੀ ਦੱਸ ਦਿਓ। ਹੁਣ ਵੀ ਜਿਹੜਾ ਇਹੀ ਨੰਬਰ ਚੱਲਦਾ ਮੇਰਾ, 98556-80996 ਜੀ, ਇਹ ਨੰਬਰ ਗੂਗਲ ਪੇ ਵੀ ਚੱਲਦਾ ਜੀ। ਜਿਹੜੇ ਨੇ ਆ ਕੇ ਆਪਣੀ ਖੁਸ਼ੀ ਗੱਲ ਸਮਾਨ ਦੇਣਾ, ਸਾਨੂੰ ਪੈਸੇ ਦਾ ਕੋਈ ਮਤਲਬ ਨਹੀਂ, ਸਾਨੂੰ ਤਾਂ ਸਮਾਨ ਤੱਕ ਮਤਲਬ ਲੈ ਖੜੇ ਹਾਂ ਆਪਾਂ, ਸਪੋਰਟ ਦੇ ਲਈ ਜੋ ਸਮਾਨ ਕਿਸੇ ਦੀ ਜੋ ਖੁਸ਼ੀ ਹੈ, ਤਿਲ ਫੁੱਲ ਆ ਗਿਆ ਸਾਨੂੰ ਉਹੀ ਮਨਜ਼ੂਰ ਹੈ ਜੀ। ਸਾਨੂੰ ਇਹ ਵੀ ਸਾਰੀ ਸੰਗਤ ਦਾ ਸਹਿਯੋਗ ਹੋ ਜਾਵੇ, ਕੱਲ ਨੂੰ ਆ ਨਾ ਕਹੇ ਵੀ ਉਹਨਾਂ ਨੇ ਆਪਣੀ ਇਕੱਲੀ ਮਾੜੀ ਬਣਾ ਲਈ, ਅਸੀਂ ਇਹ ਗੱਲ 'ਚ ਨਹੀਂ ਹੈਗੇ, ਮੈਂ ਨਹੀਂ ਸਾਨੂੰ ਹੈ ਜੀ। ਅਸੀਂ ਤਾਂ ਹੁਣ ਵੀ ਸਾਰੇ ਪੂਰੇ ਪਿੰਡ ਦੋਨਾਂ 'ਚ ਗ੍ਰਾਹੀ ਕਰਦੇ ਹਾਂ, ਕਿਸੇ ਤੋਂ 10 ਲੈ ਲਏ ਉਹ ਵੀ ਜੇਬ 'ਚ ਪਾਲਣੇ ਹੈ, ਕਿਸੇ ਨੇ 5 ਦੇ ਤੇ ਉਹ ਵੀ ਜੇਬ 'ਚ ਪਾਲਣੇ, ਜਿਹਨੇ 5000 ਦੇ ਤਾਂ ਉਹ ਵੀ ਪਾਲਣਾ ਹੈ, ਸਾਰੇ ਸਾਨੂੰ ਬਰਾਬਰ ਹੈ, ਕੋਈ ਛੋਟੇ ਬੜੇ ਤੱਕ ਸਾਨੂੰ ਕੋਈ ਉਹ ਜਿਹਾ ਨਹੀਂ ਹੈ ਜੀ। ਸਾਰਾ ਅਸੀਂ ਤਾਂ ਇਹ ਵੀ ਭੇਦਭਾਵ ਛੱਡ ਕੇ, ਹੁਣ ਸਾਨੂੰ 11ਵਾਂ ਭੰਡਾਰਾ ਹੈ ਸਾਡਾ, ਅਸੀਂ 11 ਸਾਲ ਦੇ ਵਿੱਚ ਪੂਰੇ ਸੰਗਤ 'ਚ ਜਿਹਦੇ ਘਰ ਸੱਪ ਆਉਂਦਾ ਤਾਂ ਉਹ ਆਉਂਦੇ ਤੇ ਮੱਥਾ ਟੇਕਣ, ਮਾੜੀ ਭੁੱਲ ਗਏ ਤੇ ਲੋਕ, ਅਸੀਂ ਹੁਣ 11 ਸਾਲ 'ਚ ਦੁਬਾਰੇ ਮਾੜੀ ਜਾਗਣ ਲਾ ਤੀ, ਹਰ ਇੱਕ ਐਤਵਾਰ ਨੂੰ ਤਕਰੀਬਨ 40-50 ਸ਼ਰਧਾਲੂ ਮੱਥਾ ਟੇਕਣ ਆਉਂਦੇ ਹੀ ਹੈ,
ਹੁਣ ਜਿੱਦਣ ਤੋਂ ਅਸੀਂ ਸ਼ੁਰੂ ਕਰਿਆ ਹੈ ਦੁਬਾਰੇ ਯਾਦਗਾਰ ਮੇਲਾ ਸ਼ੁਰੂ ਕਰਾਤਾ ਜੀ, ਨਹੀਂ ਮੇਲਾ ਖਤਮ ਹੋ ਗਿਆ ਤਾ ਜੀ। ਹਾਂ ਬਾਕੀ ਤੁਹਾਡੀ ਕਿਰਪਾ ਜੀ, ਸਾਡੀ ਸਾਰਾ ਪਿੰਡ ਆ ਰਿਹਾ ਜੀ, ਸਾਰਾ ਪਿੰਡ ਆਲੇ ਇਲਾਕਾ ਨਾਲ ਅਸੀਂ ਵੀ ਆਉਂਦੇ ਹਾਂ ਜੀ, ਪਿੰਡ ਤਾਂ ਆਉਣਾ ਹੀ ਆਉਣਾ ਹੈ। ਹੁਣ ਤੁਸੀਂ ਦੇਖਿਆ ਲੰਗਰ ਖੁੱਲ੍ਹਾ ਲੰਗਰ ਹੈ, ਕੋਈ 10 ਬੰਦਿਆਂ ਦਾ ਲੈ ਜਾਵੇ, ਕੋਈ 5 ਦਾ ਲੈ ਜਾਵੇ, ਕੋਈ ਵੱਧ ਲੈ ਜਾਵੇ ਘੱਟ, ਅਸੀਂ ਨਹੀਂ ਪੁੱਛਣਾ। ਉਹ ਬੰਦੇ ਵੇਟਰ ਰੱਖੇ ਵੇ ਜੀ, ਉਹਨਾਂ ਨੇ ਪਾ ਦੇਣਾ, ਅਸੀਂ ਨਹੀਂ ਪੁੱਛਣਾ ਵਿੱਚ ਦਖਲਦਾਜੀ ਦੇਣੀ, ਬਣਾ ਕੇ ਦੇਤਾ, ਬਾਕੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ। ਖਾਣਾ ਤਾਂ ਖਾਣਾ, ਘਰ ਨੂੰ ਵੀ, ਘਰ ਨੂੰ ਕੋਈ ਘਰ ਰੋਕ ਟੋਕ ਨਹੀਂ ਜੀ ਹੈਗੀ। ਸਵਾਮੀ ਜੀ ਨਦੀ ਪਾਰ ਵਾਲਿਆਂ ਸ਼ੁਰੂ ਕਰਿਆ ਤਾ, ਜਿਸ ਤਰ੍ਹਾਂ ਇਹ ਕਰਿਆ ਤਾਂ ਉਸ ਤਰ੍ਹਾਂ ਅਸੀਂ ਉਹ ਕਰਿਆ ਜੀ। ਸਾਡੀ ਕੋਈ ਰੋਕ ਟੋਕ ਨਹੀਂ ਜੀ, ਕੋਈ ਸਾਡਾ ਨਾਮ ਨਹੀਂ ਜੀ ਵਿੱਚ ਲਿਖਿਆ ਵਾ, ਨਾਮ ਵੀ ਅਸੀਂ ਗੂਗਲ ਪੇ ਤਾਂ ਕਰਿਆ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਜ਼ਮਾਨਾ ਦੂਜਾ ਆ ਗਿਆ, ਕਈ ਬੰਦੇ ਮਨ ਵਿੱਚ ਆਏ ਆ ਵੀ ਅਸੀਂ ਕੈਸ਼ ਨਹੀਂ ਦੇਣਾ, ਗੂਗਲ ਪੇ ਕਰ ਦੇਣਾ ਹੈ, ਸਾਡੇ ਕੋਲ ਸਬੂਤ ਚਾਹੀਦਾ ਹੈ। ਅਸੀਂ ਕਿਹਾ ਵੀ ਸਾਨੂੰ ਕੋਈ ਦਿੱਕਤ ਨਹੀਂ, ਅੱਜ ਤੇ ਮਨ ਦੀ ਸ਼ਰਧਾ ਗੱਲ ਲੱਗੇ ਪਏ ਹੈ, ਪਰ ਮੈਂ ਗੱਲ ਨਹੀਂ ਜੀ ਲੱਗੇ। ਆਹ ਕਿਰਪਾ ਜੀ ਧਮਾਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ, ਕੋਈ ਗਲਤੀ ਮਲਤੀ ਮਾਫ਼ ਕਰਿਓ ਜੀ। ਜੈ ਬਾਬੇ ਦੀ, ਜੈ ਬਾਬੇ। ਟਾਈਮ ਕਾਹਨੂੰ ਖਰਾਬ ਕਰਨਾ, ਹਾਂਜੀ ਧਮਾਨ ਜੀ, ਹਾਂਜੀ ਮਾਠ ਜੀ। ਆਮ ਘਰਾਂ ਦੇ ਵੀ ਛੋਟੇ ਮੋਟੇ ਝਗੜੇ। ਪਤਾ ਲੱਗੂ ਸਾਨੂੰ ਵੀ ਕਿ ਅਸੀਂ ਜਿੱਤੇ ਰਹੇ।
Yeah.